بہت بڑی تعداد ہے، عظیم عبادت ہے صلوات کا پڑھنا۔ اپنے اپنے مرغومین دی بخشش دے واسطے محمد والے محمد تے صلوات بھیجو۔ اعوذ باللہ من الشیطان الرجیم، بسم اللہ الرحمن الرحیم۔ ماشاء اللہ لا حول ولا قوۃ الا باللہ العلی العظیم۔ الحمد للہ الذی نور قلوبنا بولایتہ محمد، الحمد للہ الذی نور قلوبنا بمصاغب الحسین علیہ السلام۔ عظیم عبادت ہے صلوات۔ الصلاۃ والسلام علی من کان نبیا و آدم بین الماء والطین، سید العرب والعجم مکی المدنی، کیلا فشانگی وما ارسلناک الا رحمت للعالمین۔ صاحب تاج والمراج والبراج والعلم، اسمه مرفوع منقوش في اللوح والقلم محمد المصطفى، وعلى وزيره وخليفته وابن أمه علي ابن أبي طالب أمير المؤمنين، زينة المسجد والمنبر فاتح الأحد والبدر والغنائين، أبير العلم أبي الغسان والغسين، سيد الأولياء إمام الهدى أمير المؤمنين، أما بعد فقد بسم الله الرحمن الرحيم والصلاه، تعداد بہت زیادہ ہے جی، میں صلوات علی سونن انے سونی جئی مل کے صلوات پڑھو۔ نعرہ تکبیر اللہ، نعرہ رسالت یا، نعرہِ حیدری یا علی یا علی، عظیم عبادت ہے پھر بھی سونی جئی صلوات پڑھو۔ میرے واجب القدر مزے سامین، وقت تھوڑے جہ ٹائم وچ میں مجلس مکمل پڑھنا چاہنا۔ ایک معصوم دا فرمان تے ایک جملہ مسائل، توجہ ہے سارے ہیں؟ معصوم فرمیندن ترے آوازاں اللہ نو بڑیاں پسند ہیں، بڑی مہربانی۔ کتنی آواز آ، سارے بولو۔ مجلس وچ آمن دا مقصد یہ ہوندا ہے بندہ گھر ونجے تو کچھ نہ کچھ حاصل کر کے ونجے،
ਤਰੇ ਆਵਾਜ਼ਾਂ ਅੱਲਾ ਨੂੰ ਬੜੀਆਂ ਪਸੰਦ ਹਨ। ਪਹਿਲੀ ਆਵਾਜ਼ ਮੁਰਗ ਦੀ ਆਵਾਜ਼, ਸਾਰੇ ਤਵੱਜੋ ਨਹੀਂ ਕਰ ਰਹੇ, ਮੈਂ ਦੱਸਿਆ ਥੋੜੇ ਜਿਹੇ ਟਾਈਮ ਵਿੱਚ ਮੈਂ ਮੁਕੰਮਲ ਪੜ੍ਹਨਾ ਚਾਹੁੰਦਾ। ਤਰੇ ਆਵਾਜ਼ਾਂ ਅੱਲਾ ਨੂੰ ਬੜੀਆਂ ਪਸੰਦ ਹਨ, ਮਾਸੂਮ ਫਰਮਾਉਂਦੇ ਨੇ ਪਹਿਲੀ ਆਵਾਜ਼ ਮੁਰਗ ਦੀ ਆਵਾਜ਼। ਇਹ ਜਿਹੜੀ ਸਵੇਰ ਦੇ ਟਾਈਮ ਮੁਰਗ ਆਜ਼ਾਨ ਦਿੰਦਾ ਹੈ, ਸਾਰੇ ਸੁਣਦੇ ਹੋ ਨਾ, ਇਹ ਮੁਰਗ ਦੀ ਆਜ਼ਾਨ ਦੇਵਣ ਦਾ ਮਕਸਦ ਇਹ ਹੁੰਦਾ ਹੈ ਕਿ ਆਜ਼ਾਨ ਦੇ ਕੇ ਆਦਾ ਹੈ ਸੰਮੋ ਨਹੀਂ ਉੱਠੋ, ਵਕਤ ਇਬਾਦਤ ਸ਼ੁਰੂ ਹੋ ਗਿਆ। ਮੇਰੇ ਖਿਆਲ ਤਵੱਜੋ ਸਾਰੇ ਨਹੀਂ ਕਰ ਰਹੇ। ਮੁਰਗ ਦੀ ਆਵਾਜ਼ ਇਹ ਸਵੇਰ ਦੇ ਟਾਈਮ ਦੱਸਦਾ ਹੈ ਬਈ ਸੰਮੋ ਨਹੀਂ ਉੱਤੇ ਰਜ਼ਾਈਆਂ ਖੇਤ ਨਾ ਗੱਤੋ, ਵਕਤ ਇਬਾਦਤ ਸ਼ੁਰੂ ਹੋ ਗਿਆ। ਔਰ ਬੜੀ ਫਜ਼ੀਲਤ ਹੈ ਨਮਾਜ਼ ਦਾ ਪੜ੍ਹਨਾ। ਦੂਸਰੀ ਆਵਾਜ਼ ਕਾਰੀਏ ਕੁਰਾਨ ਦੀ, ਮਾਸੂਮ ਫਰਮਾਉਂਦੇ ਕਿ ਜਦੋਂ ਕਾਰੀਏ ਕੁਰਾਨ ਕੁਰਾਨ ਦੀ ਤਿਲਾਵਤ ਕਰਦੇ, ਅੱਲਾ ਫਰਮਾਉਂਦੇ ਮੈਨੂੰ ਇਹਦੀ ਆਵਾਜ਼ ਇਤਨੀ ਪਸੰਦ ਹੈ, ਇਤਨੀ ਪਸੰਦ ਹੈ, ਮੈਂ ਚਾਹੁੰਦਾ ਕਿ ਇਹ ਤਿਲਾਵਤ ਕਰਿੰਦਾ ਰਹੇ ਔਰ ਮੈਂ ਅੱਲਾ ਇਸ ਦੀ ਆਵਾਜ਼ ਸੁਣਦਾ ਰਹਾਂ। ਤੇ ਤਾਂ ਬੋਲੋ ਦਰਸ ਦੀ ਮਜਲੇ ਸੇ, ਤੇ ਜਿੰਨਾ ਹੀ ਆਉਣਾ ਤੁਹਾਨੂੰ ਇਹੋ ਜਿਹੀਆਂ ਗੱਲਾਂ ਉਹਨਾਂ ਸੁਣਾਉਣੀਆਂ। ਮੈਂ ਪਹਿਲੇ ਵੀ ਆਖੇ ਮਜਲੇ ਸੇ ਜਾਵਣ ਦਾ ਮਕਸਦ ਇਹ ਹੁੰਦਾ ਹੈ ਬੰਦਾ ਕੁਝ ਨਾ ਕੁਝ ਹਾਸਿਲ ਕਰਕੇ ਜਾਵੇ। ਤੁਸਾਂ ਸੱਚੇ ਹੋ, ਅਸੀਂ ਸੱਚੇ ਹਾਂ ਬਈ, ਅੱਗੇ ਆਉਂਦਾ ਉਹ ਦਰਵਾਜ਼ੇ ਦੇ ਉੱਤੇ ਜਾਲਾ, ਜਾਲੇ ਦੇ ਉੱਤੇ ਕੁਰਾਨ, ਨਾ ਹੱਥ ਅਪੜ ਸੀ ਨਾ ਚਾਵਣਾ ਪਉ ਸੀ, ਨਾਰਾਜ਼ ਹੋ ਗਏ ਹੋ, ਖਿਲਾਫ ਗੱਲ ਗਏ, ਰੇਲ ਗੱਲ ਗਏ, ਵਰਕ ਗੱਲ ਗਏ, ਹੈ ਮਾਸੂਮੀ ਮਾਂ ਪਿਓ ਫਰਮਾਉਂਦੇ ਜਿਹੜਾ ਬੰਦਾ ਕੁਰਾਨ ਨਹੀਂ ਨਾ ਪੜ੍ਹੇ ਹੋਇਆ, ਮੈਂ ਦੇਰ ਤਵੱਜੋ ਕਰੋ, ਜਿਹੜਾ ਬੰਦਾ ਕੁਰਾਨ ਨਹੀਂ ਨਾ ਪੜ੍ਹੇ ਹੋਇਆ, ਨਹੀਂ ਪੜ੍ਹੇ ਹੋਇਆ ਨਮਾਜ਼ ਦੇ ਬਾਅਦ ਉਹ ਬੰਦਾ ਕੁਰਾਨ ਦੀ ਜ਼ਿਆਰਤ ਕਰ ਲਏ, ਉਹਦੀ ਅੱਖਾਂ ਦੀ ਬਿਨਾਈ ਖਤਮ ਨਾ ਹੋ ਸੀ। ਯਾ ਰਸੂਲ ਅੱਲਾ, ਸਾਰੇ ਬੋਲੋ ਯਾ ਆਈਲੀ ਯਾ ਆਈਲੀ ਯਾ। ਗੱਲ ਸਮਝਦੇ ਪਏ, ਕੁਰਾਨ ਨਹੀਂ ਪੜ੍ਹੇ ਹੋਇਆ, ਸਿਰਫ ਕੁਰਾਨ ਦੀਆਂ ਸਤਰਾਂ ਵੇਖ ਲੈ, ਉਹਦੀ ਅੱਖਾਂ ਦੀ ਬੇਨਾਈ ਖਤਮ ਨਾ ਉਸ। ਕੁਰਾਨ ਪਾਕ ਤਾਜ ਪਾ ਕੇ ਆਸੀ ਤੇ ਅੱਲਾ ਪੁੱਛੀ ਉਹ ਮੇਰੀ ਪਾਕ ਕਿਤਾਬ ਤੇਰੇ ਨਾਲ ਕਿਵੇਂ ਵਰਤੇ, ਕੁਰਾਨ ਆਖਣਾ ਮੇਰੇ ਅੱਲਾ ਫਲਾਂ ਬੰਦੇ ਮੈਨੂੰ ਪੜ੍ਹਿਆ ਕਦੀ ਨਾ, ਫਲਾਂ ਬੰਦੇ ਇਹ ਮੈਨੂੰ ਹੱਥ ਹੀ ਕਦੀ ਨਾ ਲਾਇਆ, ਜਿਹਦੇ ਖਿਲਾਫ ਕੁਰਾਨ ਗਵਾਹੀ ਦੇ ਸੀ ਉਹ ਬੰਦਾ ਜਹੰਨਮ ਵਿੱਚ ਵੇ ਸੀ, ਬਾਅਦ ਕੁਰਾਨ ਆਖਸੀ ਮੇਰੇ ਅੱਲਾ ਫਲਾਂ ਬੰਦਾ ਦਿਨ ਹੋਇਆ ਮੈਨੂੰ ਪੜ੍ਹਦਾ, ਰਾਤ ਹੋਇਆ ਮੈਨੂੰ ਪੜ੍ਹਦਾ, ਬੱਸ 'ਚ ਹੋਇਆ ਪੜ੍ਹਦਾ, ਹਵਾਈ ਜਹਾਜ਼ 'ਚ ਹੋਇਆ ਪੜ੍ਹਦਾ, ਸਫ਼ਰ 'ਚ ਹੋਇਆ ਮੈਨੂੰ ਪੜ੍ਹਦਾ, ਚੁੱਲ੍ਹੇ 'ਤੇ ਬੈਠਾ ਹੋਇਆ ਮੈਨੂੰ ਪੜ੍ਹਦਾ, ਮੇਰੇ ਅੱਲਾ ਮੇਰੇ ਦੁਸ਼ਮਣਾਂ ਨਾਲ ਇਹ ਲੜਿਆ, ਇਹ ਸਰਦੀ ਤੋਂ ਬਚਾਇਆ, ਗਰਮੀ ਤੋਂ ਮੈਨੂੰ ਬਚਾਇਆ, ਮੇਰੇ ਅੱਲਾ ਇਸ ਬੰਦੇ ਮੇਰੀ ਬੜੀ ਹਿਫਾਜ਼ਤ ਕੀਤੀ। ਆਵਾਜ਼ ਤੌਹੀਦ ਸੀ, ਉਹ ਮੇਰੀ ਪਾਕ ਕਿਤਾਬ ਇਸ ਕਾਰੀ ਨੂੰ ਆਖ ਅੱਲਾ ਪਿਆ ਦਈ ਮੈਨੂੰ ਤੇਰੀ ਤਿਲਾਵਤ ਪਸੰਦ ਆਈਏ, ਤੂੰ ਤਿਲਾਵਤ ਕਰੇਂਦਾ ਹੈ, ਹੁਣ ਅੱਲਾ ਪਿਆ ਦਈ ਤਿਲਾਵਤ ਹੀ ਕਰੇਂਦਾ ਵਾਂਜੋ ਤੇ ਜੰਨਤ ਦੇ ਮਨਾ ਦੇ ਲਈ ਤੈਅ ਕਰੇਂਦਾ ਵਾਂਜੋ। ਗੱਲਾਂ ਢੇਰ ਦੱਸ ਨਹੀਂ ਸਕੀਂਦੀਆਂ, ਵਕਤ ਥੋੜ੍ਹੇ, ਪੜ੍ਹਨ ਵਾਲੇ ਉਲਮਾ ਕਾਫੀ ਹਨ, ਹਜ਼ਰਤ ਉਲਮਾ ਦੀ ਜੁੱਤੀ ਦੇ ਬਰਾਬਰ ਨਹੀਂ। ਅੱਲਾ ਤਾਲਾ ਉਲਮਾ ਹੱਕ ਦਾ ਸਾਇਆ ਸਾਡੇ ਸਰ ਤੇ ਕਾਇਮ ਦਾਇਮ ਰੱਖੇ। ਹੈਂ ਮਾਸੂਮ ਫਰਮਾਉਂਦੇ ਤਰੀ ਆਵਾਜ਼ ਅੱਲਾ ਨੂੰ ਉਸ ਬੰਦੇ ਦੀ ਪਸੰਦ ਹੈ ਜਿਹੜਾ ਰੋ ਕੇ ਆਪਣੇ ਗੁਨਾਹ ਦੀ ਮਾਫ਼ੀ ਮੰਗਦਾ ਹੈ। ਅੱਲਾ ਬੱਚਿਆਂ ਦੀ ਹਯਾਤੀ ਕਰਨਾ, ਤੁਹਾਡਾ ਟੋਰਾ ਕਬੂਲ ਹੋਵੇ, ਅਲਾਮਾ ਸਾਹਿਬ ਦੀ ਮਿਹਨਤ ਅੱਲਾ ਕਬੂਲ ਫਰਮਾਏ, ਇਸ ਮਦਰਸੇ ਨੂੰ ਅੱਲਾ ਕਾਮਯਾਬ ਕਾਮਰਾਨ ਫਤਹ ਫਰਮਾਏ। ਹੈਂ ਰੋ ਕੇ ਦੁਆ ਮੰਗਦੇ ਨੇ, ਗਿੜਗਿੜਾ ਕੇ ਦੁਆ ਮੰਗਦੇ ਨੇ ਮੇਰੀ ਬਾਰਗਾਹ ਵਿੱਚ। ਜਦੋਂ ਰੋ ਕੇ ਦੁਆ ਮੰਗਦਾ ਹੈ ਤੇ ਵਾਸਤਾ ਦਿੰਦਾ ਹੈ 14 ਦਾ, ਅੱਲਾ ਫਰਮਾਉਂਦਾ ਮੈਂ ਐਡਾ ਕਰੀਮਾ ਉਹਦੀ ਤੌਬਾ ਕਬੂਲ ਕਰਨ ਲਈ ਢਿੱਲ ਨਾ ਲੈਂਦਾ। ਕੋਈ ਬਾਵੇ ਤੌਬਾ ਬੰਦ ਹੈ ਖੁੱਲ੍ਹਾ ਹੈ, ਅੱਲਾ ਬੱਚਿਆਂ ਨਾਲ ਆਬਾਦ ਰੱਖਣੇ, ਹੁਸੈਨ ਦੀ ਮਾਤ ਵਾ ਤੇਰਾ ਦੀ ਹੋਵੇ, ਹੁਣ ਤੁਹਾਡੇ ਰੋਵਣ ਦੇ ਮੌਸਮ ਆ ਗਏ,
مومن تیاریاں چن دور دور تائیں آئے بیٹھے ہو، ان مدینے چ حسین ٹریا ہے معلوم ہے اتو دا وسدا بھی نہ، سبحان اللہ. محلے بن ہاشم دا وسدا اللہ اکبر، وہ مدینہ جی نہ گلیاں تے نہ دو تے با کے سیر کریندا، میں نہ چاہیا رو پیو کہ میں نوکر آسا انجے ٹوریا معلوم ہے اتھو دا وستہ بھی نہ. شروع تو آخر تائیں ہر بندہ توجہ کیتی بیٹھا ہے، وستہ ہاں وسن کہیں نہیں دیتا، چٹی داڑی والا بزرگ پہ آ دین ظلم اتنا ہویا سبحان اللہ. ویسے رو نگیو ذمہ دار پیو دا پترا ذمہ داری نال پی آدھا اے محرم دا چاند زہر آدھیا دھیا جنگلے چے دیتھائی سبحان. علامہ رشید ترابی صاحب پہ پڑھ دیا جلے جنگل دے داما نالو مامل گزرے نا تے میری سین فرمی دیا حسین آنا میری گل سن، اپنا گھوڑا بھین دے مامل دے نیڑے آندا ہے حکم اما دی جائی، میری سین فرمی دی کان لا اما زہرا دے بھین پے آندے شاباش، مولا تواڈی عبادت قبول کرے جڑی رو رو کے آدھی ودی ہے میری دھیاں جنگا لا گئے نے، رونا ہی ذریعہ نجات ہے، کبیرہ کبیرہ گناہ دھوپ دینی، ذات نہ غریب نہ ہی حسین سر ننگے آؤ جی نانا نبیاں دا سردار ہوئے بابا ولیاں دا سردار ہوئے تے ماں سارے جہانا دی عورتاں دی سردار ہوئے خود جوان نان جنہ دا سردار ہوئے غریب ہوں دے غریب اس لئے ہوئے جی لے غادی گھوڑے تو لکھا ہے سبحان اللہ. بچے نال آباد رکھنے میں لفظ آ کیا تھوڑے بندیا سمجھائے وزاد دا ٹائم نہیں، میں پہلے بھی دسے پڑھا نالے کافی صاحبان ہیں بس تا ویلا ہے نا تے نانے دی جھولی دے سجے زانو تے حسن بیٹھا ہے کبے تے حسین بیٹھا ہے، مولا حسن پوچھ دے نانا امیر کیویں ہون دین، میرے والد محترم قبلہ پڑھ دے ہوندے ہیں مرحوم نواسے دا گل چون کے فرمے دین غریب انجی امیر انجی ہون دین جی میں توں ہوئے سبحان اللہ. بڑی مقبول مجلے سے شروع تو آخر تائیں سارے روندے بیٹھے ہو چپ نہیں رہا حسین نانے دے گل ای بھائی پا کے آدھا ہے دیدی چار دردہ واسطے اگلی گالی داس غریب کی میں ہوں دین سبحان. ایک لکھ چپی ہزار نبیاں دا سردار نواسے دا گل چمکے فرمے دین غریب انجی ہوں دین جی توں ہوئے ہائے نانا تھوڑ جائی وضاحت کر غریب کی میں ہوں دین نواسے دا گل چمکے فرمے دین وہ میرا پتر جنیا بہنی ہر گلی دے موڑے ہر بدماش نوا کے چادرا دیو میں نوکارا سائیں ہاتھ نہ جوڑو میں نوکارا اللہ کو کا قبول کرے، میں ویکھ رہا ہر بندہ رو رہا ہے زیادہ غریب نائی کس سے لے غریب ہویا ہے غادی گھوڑے تو لتھا ہے حسین میدان دا چکر لیا ہے آدھا وادھے لوگو میں غریب ہو گیا لوگو میرا غازی مری گیا ہے میرے بھرا مارے گئے میرے بچڑے مارے گئے تھک گئے ہو جملہ مصائب دا پڑھنا ہے کوئی ہے جڑا میری مدد کرے میری بہنی بچائیں لوگوں کوئی ہے جڑا میری بہنی دے پردے بچائے اللہ توڑیاں کوکا قبول کرے پورے ملک دا مجمع ہے بابا میں نوکر ہاتھ نہ جوڑو
और बदा होका हरन आ गए शिया गए मच्छियां टप टप के बाहर पया दिया निकी औलाद अल खेमे आई काई शाय ना कह सुने एक निका जहा फुल मासूम जिन औलाद ने झोलियां फैला पाए इन तर पे आए जिमें मच्छी पानी चुबाए रही हरका चटे किया इना गोडिया दे पार इना शुरू कर दिता है आदा दे गरीब ना सड़ो सुभान अल्लाह सैयदादिया दे वाएं शबीर दरवाजे ते आया बीबिया कहे रोया ने मेरी सैन फरमेंदी है जिस वेले दा गुरबत दा हुक्का दिता ही असगर चुप नहीं पिया करेंदा आधा चा लिया कि बंदा है जरा मजले सुने ना ओदी हंजना सी अली दी थी आदि रुबा मेरा बिरा पुत्र मंगदा है जनाबे रुबाब दा आवाज आया इजाजत दियो मैं आखिरी वेरी पुत्र नु मिल लई यार बड़ी मकबूल मजलस है मौला तुम्हारी इबादत कबूल करे अल्लाह अकबर बड़े हौसले नाल जनाबे रुबाब चाहे सजियों में चुमे आए खबियों में चुमे आए तसे लब चुमके फरमे दिन असगर बत्री धारा मैं तेन बख्शियन तैं मंजना है डाडी धारा दी गोदे डाडी अगू मेरा शिकवा ना करें साड़ा पानी बंदे बीबी चाहे छोटा जेड़ा मामा सिर ते रखिया है ता तलहना कला के पड़े आए इन्ना लिल्ला है अल्लाह अकबर सुभान अल्लाह अल्लाह भामे बसदा रहे जरे हैरान बैठी हो चुप बैठी हो मेरा छेवा इमाम अपने ज्यादा जिक्र बैठे सुन दे आए एक मोमिन आ जरा मुंह ते रुमाल दे के बैठा रोंदा मेरे छेवे इमाम रुमाल खस लिया फरमे दिन मोमिन इंज न रो मोमिन आदा किवें रोवा फरमे दिन इंज रो जिवें शाम दे सदर बाजार मेरा डाडा सजाद रोंदा है जरा हर गली दे मोड़े जा के आ गया चादरा दी ओ मेरे नाल फुफिए चादरा दी ओ मेरे नाल मावाए नगू बदमाश लोग खड़े हो सुभान अल्लाह बड़ी मकबूल मजलिस हर बंदा बैठा मैं ना करा साई अल्लाह अकबर जनाबे रुबाब चाया मेरी सही नो दिता है मेरी सैन बिरानु चवाया निकी जई भैने आदि बैठी अम्मा इजाजत देवे तमा वेका बैठी असगर किवे पानी पींदा है सुभान अल्लाह मेरे मौला चाहिया दिन कमी ने एक बहनू पया दिन हुसैन मेला लई आंदा है मेला नहीं मनना जंग वो आई जड़ी मुक गई है उस वेले दी मुक्की है जड़े वेले दा गाजी मरी गई है हुण मातम दी तैयारी कर एक बहनू पया दिन ए दी काई नहीं मननी वेच कर बल दे ते भावे लख कुरान ले आवे आदिन ए दी मां वली आई सुभान अल्लाह सुभान अल्लाह हाथ रख पासे ते भी उठदा बांदा हाय मातम कर तेरे मजा भाई मातम जाए रे आदिन है सो खतरा भैन दी चादर दा ते टुर गया सबास बिराए आदे वदिन है दे कत्ता लुदी दे रे असा ला लेनी दी भैन दी पाक सुभान अल्लाह अल्लाह बच्चा दी हयाती करने एदी काई नहीं मननी वेच कर बल दे ते भावे लख कुरान लियावे दी मां वली आई हाथ रख पासे ते भी उठदा बांदा सुभान अल्लाह उच्ची जात ले आए आदर शामियो इनू पानी पिवाओ फौज चल चल मची है इन्ना जाता है नवी जंग छिड़ दिए और मिलनू गोले आए
ਔਰ ਮਿਲ ਗੋਡੀਆ ਲਾਈਏ ਉਹ ਸਿਰੋ ਨੰਗਿਆ ਤੀਰੋ ਚਾਲ ਆਏ ਜਿਹੜਾ ਘੋੜਿਆਂ ਨੂੰ ਮਰਿੰਦਾ ਜਾਂਗੇ ਕਿਹੜਾ ਬੰਦਾ ਹੈ ਜਿਹੜਾ ਮਾਤਮ ਨਾ ਕਰੇ ਸੀ ਔਰ ਮਿਲਤੇ ਮੇਰੀ ਕਮਾਨ ਛਿੱਕੀ ਏ ਹੱਥ ਹਲ ਗਈ ਹੈ ਇੱਕ ਸਿਪਾਹੀ ਆਦਾ ਅਸਗਰ ਤੁਰ ਤੁਰ ਪਿਆ ਦੇਦਾ ਹੈ ਮਰੇਂਦਾ ਕਿਉਂ ਨੇ ਕਮਾਨ ਜ਼ਮੀਨ ਤੇ ਸੜ ਕੇ ਆਦਾ ਹੈ ਨਾ ਅਸਗਰ ਦਾ ਗਲ ਨਾਲਦਾ ਹੈ ਨਾ ਹੁਸੈਨ ਦਾ ਹੱਥ ਹਲਦਾ ਹੈ ਆਦਾ ਹੀ ਉਹ ਜਿਹੜੀ ਸਾਹਮਣੇ ਵਾਲੀ ਕਨਾਤ ਅੱਲਾ ਜਾਣੇ ਮਾਏ ਜਾਂ ਫੁੱਫੀਏ ਜਿਹੜੀ ਤੇ ਤੇ ਮੇਰੀ ਆਦੀਏ ਨਾ ਮਾਰਵੇ ਜ਼ਾਲਿਮਾ ਸੁਬਹਾਨ ਅੱਲਾ ਫਰੀਨ ਮਰਗਬਾ ਮੌਲਾ ਜਜ਼ਾਦੀ ਨੇ ਅੱਲਾ ਅਕਬਰ ਲੈ ਆਏ ਨਿੱਕੀ ਜਿਹੀ ਕਬਰ ਬਣਾਈ ਬਸ ਮੁੱਕ ਗਈ ਮੇਰੀ ਪੜ੍ਹਾਈ ਟਾਈਮ ਕੋਈ ਨਹੀਂ ਰਾਂਝਣਾ ਹੋਇਆ ਏ ਨਿੱਕੀ ਜਿਹੀ ਕਬਰ ਬਣਾਈ ਕਬਰ ਦਾ ਨਿਸ਼ਾਨ ਮਿਟਾਇਆ ਏ ਓਏ ਸਿਰੋਂ ਨਗਿਓਂ ਦਾਵੀਂ ਦਾ ਦਿਨ ਬੜਾ ਔਖਾ ਦਿਨ ਆਉਂਦਾ ਏ ਸਿਰੇ ਮਿੱਟੀਆਂ ਪੈਂਦੇ ਹੋ ਘਰਾਂ ਨੂੰ ਜੰਦਰੇ ਮਾਰ ਛੁੜੇਂਦੇ ਹੋ ਬੱਚਿਆਂ ਨੂੰ ਲੈ ਕੇ ਮਾਂ ਬਾਰ ਗਾਵੇ ਚਾ ਵੈਂਦੇ ਹੋ ਜਲੇ ਯਾਰਾਂ ਦਾ ਦੀ ਚੜਿਆ ਏ ਮਿੰਬਰ ਤੇ ਖਲਾ ਬੀਬੀਆਂ ਨੂੰ ਦਾਵੀਂ ਦਾ ਦਿਹਾੜਾ ਭੁੱਲ ਗਈ ਹੋ ਸੁਬਹਾਨ ਅੱਲਾ ਆਪਣੇ ਆਪਣੇ ਖੈਮੇ ਚੋਂ ਨਿਕਲੇ ਨੇ ਡੋਲਾਂ ਵਾਲੇ ਡੋਲ ਚਾਈ ਵਧੇ ਨੇ ਸ਼ਰਾਬਾਂ ਵਾਲੇ ਸ਼ਰਾਬ ਚਾਈ ਵਧੇ ਨੇ ਇਹਨਾਂ ਉੱਥੇ ਆ ਕੇ ਤਰੀਸਾਂ ਮਾਰੀਆਂ ਸ਼ੁਰੂ ਕੀਤੀਆਂ ਜਿੱਥੇ ਚਮਿਟ ਮਸਤੂਰਾਂ ਬੈਠੀਆਂ ਕੋਈ ਯਾਦ ਆ ਅਕਬਰ ਨੂੰ ਮੈਂ ਲਾਇਆ ਇੰਜਣੇ ਜਿਵੇਂ ਮਹਿਮਾ ਸਾਹਿਬ ਦਾ ਦੀਆਂ ਕੋਈ ਯਾਦ ਆ ਕਾਸਿਮ ਨੂੰ ਮੈਂ ਲਾਇਆ ਏ ਐਲਾਨ ਹੋਇਆ ਏ ਇਨਾਮ ਉਸੇ ਨੂੰ ਮਿਲਣਾ ਏ ਜਿਹੜਾ ਆਪਣੇ ਆਪਣੇ ਮਕਤੂਲ ਦਾ ਸਰ ਕਲਮ ਕਰੇ ਸੀ ਅਕਬਰ ਦਾ ਸਰ ਕਲਮ ਹੋਇਆ ਏ ਭੈਣਾਂ ਵੇਦੀਆਂ ਰਹੀਆਂ ਨੇ ਕਾਸਿਮ ਦਾ ਸਰ ਕਲਮ ਹੋਇਆ ਏ ਭੈਣਾਂ ਵੇਦੀਆਂ ਰਹੀਆਂ ਨੇ ਗਾਜ਼ੀ ਦਾ ਸਰ ਕਲਮ ਹੋਇਆ ਏ ਭੈਣਾਂ ਵੇਦੀਆਂ ਰਹੀਆਂ ਨੇ ਇੱਕ ਮਲਾਉਣ ਏ ਜਿਹੜਾ ਟਿੱਬਿਆਂ 'ਚ ਵਧਾ ਭਜਦਾ ਏ ਆਦਾ ਮੇਰੀ ਆਪਣੀ ਕਿਸਮਤ ਜਿਹਨੂੰ ਮੈਂ ਮਾਰਿਆ ਉਹਦੀ ਲਾਸ਼ ਹੀ ਨਹੀਂ ਮਿਲੀ ਤੁਰ ਪਏ ਨੀ ਗੋਲੇਣ ਤਰੀ ਨੇਜ਼ਾ ਸਵਾਰ ਆਂਦੇ ਪਏ ਨੇ ਇਹ ਨੇਜ਼ੇ ਆਂਦੇ ਮਰੇਂਦੇ ਨੇ ਇੱਕ ਵੀ ਗੈਰਾ ਦਾ ਨੇਜ਼ਾ ਜ਼ਮੀਨ ਤੇ ਅੜ ਗਿਆ ਏ ਥੱਕੇ ਬੈਠੇ ਹੋ ਅੱਲਾਹੁ ਅਕਬਰ ਜਲੇ ਨੇਜ਼ਾ ਅੜਿਆ ਨੇਜ਼ੇ ਨੂੰ ਦਬਾਇਆ ਏ ਜਲੇ ਨੇਜ਼ਾ ਛਿੱਕਿਆ ਏ ਲਾਸ਼ ਚਵੀ ਆਈਏ ਇਸ ਲਾਸ਼ੇ ਨੂੰ ਨੇਜ਼ੇ ਨਾਲ ਜੁਦਾ ਕੀਤਾ ਏ ਹੁਣ ਮੈਨੂੰ ਦੱਸੋ ਨਿੱਕੇ ਜੇ ਬਾਲ ਦਾ ਕਿਤਨੇ ਗੱਲਾਂ ਆਉਂਦਾ ਏ ਨਿੱਕੇ ਜੇ ਬਾਲ ਦੇ ਕਿਤਨੇ ਹੱਥ ਆਉਂਦੇ ਨੇ ਓ ਸ਼ੀਆ ਸੁਨਿਓ ਜਿਹੜੇ ਰੋਵੇਂ ਨਾ ਆਇਓ ਇਸ ਲਾਸ਼ੇ ਨੂੰ ਨੇਜ਼ੇ ਨਾਲ ਜੁਦਾ ਕੀਤਾ ਏ ਜੁਦਾ ਕਰਕੇ ਗੋਡੇ ਤੇ ਰੱਖਿਆ ਏ ਜੇ ਵਿੱਚੋਂ ਖੰਜਰ ਕੱਢਿਆ ਏ ਇੰਨੇ ਨਾਜ਼ੁਕ ਗਲ ਤੇ ਖੰਜਰ ਰੱਖਿਆ ਏ ਮਾਂ ਉੱਥੇ ਆਈ ਏ ਜਿੱਥੇ ਅਲੀ ਦੀ ਧੀ ਬੈਠੀ ਆਈ ਅਰੀ ਜ਼ੈਨਾ ਮੈਂ ਉੱਜੜ ਗਈਆਂ ਨੰਨੀ ਸੀ ਕਬਰ ਖੋਦ ਕੇ ਅਸਕਰ ਕੋ ਗਾੜ ਕੇ ਨੰਨੀ ਸੀ ਕਬਰ ਖੋਦ ਕੇ ਅਸਕਰ ਕੋ ਗਾੜ ਕੇ ਸ਼ਬੀਰ ਉੱਠ ਖੜੇ ਹੋਏ ਦਾਮਨ ਕੋ ਝਾੜ ਕੇ ਇੱਕ ਮੋਮਿਨ ਮੁਸਤਹਿਕ ਹੈ ਉਸਕੀ ਮਦਦ ਕਰ ਦੇਣਾ ਬਾਰ ਮੌਜੂਦ ਹੈ।